ਸਭ ਬੜੇ ਵੱਡੇ ਮਾਰਜਨ ਨਾਲ ਜੇਕਰ ਇੱਥੇ ਇਸ ਵਾਰੀ ਰਿਜ਼ਲਟ ਉਹ ਉਲਟ ਆਉਂਦੇ ਆ ਤਾਂ ਫਿਰ ਕੀ ਪਾਰਟੀ ਕਰੇਗੀ ਇਹਦਾ ਨਹੀਂ ਮੇਰਾ ਬਿਲਕੁਲ ਹੀ ਮੰਨਣਾ ਜੀ ਉਹ ਇਲੈਕਸ਼ਨ ਬਹੁਤ ਥੋੜ੍ਹੇ ਟਾਈਮ ਦੇ ਵਿੱਚ ਹੋਏ ਸਨ ਔਰ ਮੈਂ ਬਹੁਤ ਗੰਭੀਰਤਾ ਨਾਲ ਇਸ ਵਿਸ਼ੇ ਨੂੰ ਇਸ ਤਰੀਕੇ ਨਾਲ ਦੇਖਦਾ ਹਾਂ ਕਿ ਜਿਸ ਪ੍ਰਦੇਸ਼ ਦੇ ਵਿੱਚ ਆਜ਼ਾਦੀ ਤੋਂ ਬਾਅਦ 5 ਸਾਲਾਂ ਬਾਅਦ ਹਮੇਸ਼ਾ ਸਰਕਾਰ ਬਦਲਦੀ ਰਹੀ ਔਰ ਭਾਰਤੀ ਜਨਤਾ ਪਾਰਟੀ ਔਰ ਅਕਾਲੀ ਦਲ ਨੇ 10 ਸਾਲ ਦੀ ਸਰਕਾਰ ਬਣਾਈ ਅਤੇ ਇੱਕ ਐਂਟੀ ਇਨਕਮੈਂਸੀ ਫੈਕਟਰ ਬਹੁਤ ਸਟਰੋਂਗ ਫੈਕਟਰ ਸੀ ਜਿਹਦੇ ਕਰਕੇ ਸਾਡੀ ਸਰਕਾਰ ਦੀ ਹਾਰ ਹੋਈ ਔਰ ਹੋਰ ਵੀ ਕਾਰਨ ਰਹੇ ਹੋਣਗੇ ਇਹ 'ਚ ਮੈਂ ਬਿਲਕੁਲ ਸਹਿਮਤ ਹੈ ਕਿ ਬਹੁਤ ਸਾਰੇ ਕਾਰਨ ਹੋਣਗੇ ਸਭ ਤੋਂ ਸਟਰੋਂਗ ਕਾਰਨ ਜਿਹੜਾ ਸੀ 10 ਸਾਲ ਦੀ ਐਂਟੀ ਇਨਕਮੈਂਸੀ ਦੇ ਖਿਲਾਫ ਭਾਰਤੀ ਜਨਤਾ ਪਾਰਟੀ ਔਰ ਅਕਾਲੀ ਦਲ ਲੜ ਰਹੇ ਸੀ ਜਿਹਦੇ ਕਰਕੇ ਸਾਡੀ ਹਾਰ ਹੋਈ ਔਰ ਦੂਸਰਾ ਬਹੁਤ ਵੱਡਾ ਕਾਰਨ ਸੀ ਕਾਂਗਰਸ ਦੇ ਬਹੁਤ ਬੜੇ ਝੂਠ ਜਿਨ੍ਹਾਂ ਦੇ ਬਾਰੇ ਮੈਂ ਹੁਣੇ ਜ਼ਿਕਰ ਕੀਤਾ ਕਿ ਇੱਕ ਮੈਨੀਫੈਸਟੋ ਦੇ ਉੱਪਰ ਕਹਿ ਕੇ ਲੋਕਾਂ ਨੂੰ ਬਰਗਲਾਇਆ ਗਿਆ ਝੂਠ ਸਮਝਾਇਆ ਗਿਆ ਕਿ ਬਹੁਤ ਬਦਲਾਵ ਆਏਗਾ ਔਰ ਲੋਕ ਉਸ 'ਚ ਧੋਖੇ 'ਚ ਆ ਗਏ ਲੇਕਿਨ ਮੇਰਾ ਮੰਨਣਾ ਹੈ ਕਿ ਹੁਣ ਜਿਹੜੀ ਸਥਿਤੀ ਬਣੀ ਹੈ ਪੂਰੇ ਪੰਜਾਬ ਦੀ ਜਨਤਾ ਇਸ ਸੱਚਾਈ ਨੂੰ ਜਾਣ ਚੁੱਕੀ ਹੈ ਕਿ ਕਾਂਗਰਸ ਦੇ ਆਪਲੇ ਕੁਛ ਨਹੀਂ ਹੈ ਗਵਰਨੈਂਸ ਦੇ ਨਾਮ 'ਤੇ ਇਸ ਵੇਲੇ 0 ਗਵਰਨੈਂਸ ਪੂਰੇ ਪ੍ਰਦੇਸ਼ 'ਚ ਅਸੀਂ ਸਭ ਜਾਣਦੇ ਹਾਂ ਕਿ ਕੈਪਟਨ ਸਾਹਿਬ ਆਪਣੇ ਰਾਜਮਹਿਲ 'ਚ ਬੈਠੇ ਨੇ ਉਹਨਾਂ ਦਾ ਕੋਈ ਗਵਰਨੈਂਸ 'ਤੇ ਕੰਟਰੋਲ ਨਹੀਂ ਹੈ ਸੋ ਐਸੀ ਸਥਿਤੀ ਦੇ ਵਿੱਚ ਜਨਤਾ ਸਾਡੇ ਹੱਥ 'ਚ ਖੜੀ ਹੋਏਗੀ ਐਸਾ ਸਮਾਂ ਸਰ ਅੱਜ ਜ਼ਿਲ੍ਹਾ ਭਾਜਪਾ ਵੱਲੋਂ ਮਤਲਬ ਕਿਸ ਸੰਬੰਧ 'ਚ ਸਰ ਬੈਠਕ ਬੁਲਾਈ ਗਈ ਸੀ ਸਰ ਅੱਜ ਦੀ ਜਿਹੜੀ ਬੈਠਕ ਹੈ ਇਹ ਜ਼ਿਲ੍ਹਾ ਪਰਿਸ਼ਦ ਔਰ ਬਲਾਕ ਸਮਿਤੀ ਦੇ ਚੁਣਾਵਾਂ ਦੀ ਤਿਆਰੀ ਹੈ ਉਹਦਾ ਜਾਇਜ਼ਾ ਲੈਣ ਲਈ ਸਾਡੇ ਪ੍ਰਦੇਸ਼ ਦੇ ਮਹਾਂ ਮੰਤਰੀ ਸ਼੍ਰੀਮਾਨ ਰਾਕੇਸ਼ ਰਾਠੌਰ ਜੀ ਪਠਾਨਕੋਟ ਆਏ ਸੀ ਜੀ ਜਿਹਦੇ ਵਿੱਚ ਅਸੀਂ ਆਪਣੇ ਮੰਡਲਾਂ ਦੇ ਪ੍ਰਧਾਨ ਬੁਲਾਏ ਸੀ ਸਾਰੇ ਔਰ ਆਪਣੇ ਜ਼ਿਲ੍ਹਾ ਦੇ ਆਫਿਸ ਬੀਅਰਸ ਪਲੱਸ ਸਾਡੇ ਪਠਾਨਕੋਟ ਜਿਹੜੀ ਕੋਰ ਗਰੁੱਪ ਹੈ ਸਾਡੀ ਸੀਨੀਅਰ ਮੈਂਬਰ ਇਹ ਸਭ ਲੋਕ ਬੁਲਾਏ ਸੀ ਉਹਦੇ ਉੱਪਰ ਬਹਿ ਕੇ ਪੂਰੀ ਤਿਆਰੀਆਂ ਦੇ ਉੱਪਰ ਚਰਚਾ ਹੋਈ ਹੈ ਕਿਸ ਕਿਸ ਵਿਧਾਨ ਸਭਾ ਦੇ ਵਿੱਚ ਕਿਸ ਕਿਸ ਜ਼ਿਲ੍ਹਾ ਪਰਿਸ਼ਦ ਦੀ ਸੀਟ 'ਤੇ ਕਿਹੜੇ ਕਿਹੜੇ ਕੁਝ ਬੰਦੇ ਸਾਡੇ ਪ੍ਰਭਾਵੀ ਹੋ ਸਕਦੇ ਨੇ ਉਹਨਾਂ ਦੀ ਇੱਕ ਲਿਸਟ ਬਣਾ ਕੇ ਉਹਨਾਂ ਨੂੰ ਇੰਚਾਰਜ ਲਗਾਇਆ ਤਿਆਰੀਆਂ ਦੀ ਦ੍ਰਿਸ਼ਟੀ ਦੇ ਨਾਲ ਤਾਂ ਕਿ ਪੂਰੇ ਤਰੀਕੇ ਨਾਲ ਕਾਰਜਕਰਤਾ ਮਨ 'ਚ ਲੱਗਿਆ ਮਨ ਬਣਾ ਕੇ ਲੱਗਿਆ ਹੋਇਆ ਕਿ ਕਾਂਗਰਸ ਦੀ 1.5 ਸਾਲ ਦੀ ਕਾਰਗੁਜ਼ਾਰੀ ਪ੍ਰਦੇਸ਼ ਦੀ ਬਿਲਕੁਲ 0 ਰਹੀ ਹੈ ਇਸ ਕਾਰਨ ਪੂਰੀ ਤਰੀਕੇ ਦੇ ਨਾਲ ਚੁਣਾਵ ਦੇ ਵਿੱਚ ਕੰਮ ਕਰਦੇ ਹੋਏ ਡਟ ਕੇ ਲੱਗਾਂਗੇ ਔਰ ਅੱਛਾ ਰਿਜ਼ਲਟ ਲੈ ਕੇ ਆਵਾਂਗੇ ਇਸ ਤਰ੍ਹਾਂ ਤਿਆਰੀਆਂ ਲਈ ਅੱਜ ਦੀ ਬੈਠਕ ਨੂੰ ਰੱਖਿਆ ਗਿਆ ਸਰ ਤੁਹਾਡੇ ਇੱਕ ਬੀਜੇਪੀ ਕੈਂਡੀਡੇਟ ਲੇਡੀਜ਼ ਕੈਂਡੀਡੇਟ ਆਪਣੇ ਜੰਗਲਾ ਜੋਨ ਤੋਂ ਬਲਾਕ ਸਮਿਤੀ ਸੀ ਉਹਨਾਂ ਦੀ ਕੋਈ ਨੋਮੀਨੇਸ਼ਨ ਕੈਂਸਲ ਕੀਤੀ ਗਈ ਹੈ ਉਹਨਾਂ ਦੀ ਨੋਮੀਨੇਸ਼ਨ ਤੇ ਸਰ ਜ਼ਿਲ੍ਹਾ ਭਾਜਪਾ ਵੱਲੋਂ ਕੀ ਇਸ ਸੰਬੰਧੀ ਪੰਜਾਬ ਚੋਣ ਕਮਿਸ਼ਨ ਨੂੰ ਕੋਈ ਕੰਪਲੇਂਟ ਕੀਤੀ ਗਈ ਸਰ ਨਹੀਂ ਇਸ ਤਰ੍ਹਾਂ ਕਿ ਅਸੀਂ ਗਏ ਸੀ ਡੀਸੀ ਸਾਹਿਬ ਕੋਲ ਕਿਉਂਕਿ ਜ਼ਿਲ੍ਹੇ ਦਾ ਜਿਹੜਾ ਡੀਸੀ ਹੁੰਦਾ ਸਭ ਤੋਂ ਉੱਚਾ ਅਧਿਕਾਰੀ ਹੁੰਦਾ ਅਸੀਂ ਜਾ ਕੇ ਉਹਨਾਂ ਨੂੰ ਇੱਕ ਆਪਣੀ ਕੰਪਲੇਂਟ ਪਰਸੋਂ ਦੇ ਆਏ ਸੀ ਔਰ ਉਹਦੇ ਬਾਅਦ ਉਹਨਾਂ ਦੇ ਹਿਦਾਇਤਾਂ ਦੇ ਮੁਤਾਬਕ ਅਸੀਂ ਆਰਓ ਜਿਹੜੇ ਉਸ ਇਲਾਕੇ ਦੇ ਮਿਸਟਰ ਰਿਆੜ ਨੇ ਐਕਸ਼ੀਅਨ ਮੰਡੀ ਬੋਰਡ ਦੇ ਉਹਨਾਂ ਨੂੰ ਮਿਲਣ ਗਏ ਸੀ ਰਿਆੜ ਸਾਹਿਬ ਨੇ ਉਸ ਨੂੰ ਜਿਹੜਾ ਪੂਰਾ ਬਲੋਕ ਹੈ ਘਰੋਟਾ ਉਹਨੂੰ ਤਾਲੇ ਮਾਰ ਕੇ ਇੱਕ ਦਿਨ ਪਹਿਲੇ ਵੀ ਔਰ ਇੱਕ ਦਿਨ ਬਾਅਦ ਵੀ ਸਾਡੇ ਜਾਣ ਤੋਂ ਬਾਅਦ ਪੂਰੀ ਪੁਲਿਸ ਫੋਰਸ ਬੁਲਾ ਕੇ ਔਰ ਪੁਲਿਸ ਦੇ ਅਫਸਰ ਇਸ ਗੱਲ ਦੇ ਗਵਾਹ ਨੇ ਕਿ ਉਹ ਉਹਨਾਂ ਦੀ ਮੌਜੂਦਗੀ ਦੇ ਬਾਵਜੂਦ ਵੀ ਰਿਆੜ ਸਾਹਿਬ 2 ਘੰਟੇ ਬਾਅਦ ਆਉਂਦੇ ਨੇ ਔਰ ਗੱਲ ਕਰਕੇ ਬਜਾਏ ਸਪਸ਼ਟੀਕਰਨ ਦੇਣ ਦੇ ਵੀ ਕਿਉਂ ਰੱਦ ਕੀਤਾ ਉਹ ਫਾਲਤੂ ਦੀਆਂ ਗੱਲਾਂ ਇੱਧਰ ਉੱਧਰ ਘੁਮਾਈ ਜਾਂਦੇ ਨੇ ਅਸੀਂ ਉਹਨਾਂ ਨੂੰ ਕਹਿ ਹਾਂ ਵੀ ਅਸੀਂ ਤੁਹਾਡੇ ਖਿਲਾਫ਼ ਕੰਪਲੇਂਟ ਕਰਾਂਗੇ ਰਿਟਨ ਟੂ ਦਾ ਹਾਈਐਸਟ ਅਥੋਰਿਟੀ ਸਰ ਪਿਛਲੀ ਵਾਰ ਭਾਜਪਾ ਨੇ ਮਤਲਬ ਜ਼ਿਲ੍ਹਾ ਪਰਿਸ਼ਦ ਉੱਤੇ ਕਬਜ਼ਾ ਰਿਹਾ ਸੀ ਆਪਣੇ ਡਾਕਟਰ ਗੋਵਿੰਦ ਗੋਪਾਲ ਜੀ ਚੇਅਰਮੈਨ ਸੀ ਸਰ ਇਸ ਵਾਰ ਤੁਹਾਨੂੰ ਕੀ ਲੱਗਦਾ ਕਿ 10 ਦੇ 10 ਸੀਟਾਂ ਬੀਜੇਪੀ ਦੇ ਝੋਲੀ 'ਚ ਆਉਣਗੇ ਸਰ ਦੇਖੋ ਭਾਰਤੀ ਜਨਤਾ ਪਾਰਟੀ ਆਪਣੇ ਸਾਰੇ ਇਲੈਕਸ਼ਨ ਜਿੱਤਣ ਲਈ ਲੜਦੀ ਹੈ ਸਾਰੀਆਂ ਪਾਰਟੀਆਂ ਇਸ ਲਈ ਲੜਦੀਆਂ ਇਸ ਲਈ ਇਸ ਵਾਰੀ ਵੀ ਇਸੇ ਤਿਆਰੀ ਨਾਲ ਲੜ ਰਹੇ ਹਾਂ ਬਾਕੀ ਲੋਕਾਂ ਦਾ ਮਨ ਹੈ ਮੈਨੂੰ ਉਮੀਦ ਹੈ ਕਿ ਲੋਕ ਸਾਡਾ ਜ਼ਰੂਰ ਕੋਆਪਰੇਟ ਕਰਨਗੇ ਲੋਕਾਂ ਨੂੰ ਪਤਾ ਲੱਗ ਗਿਆ ਕਿ 1.5 ਸਾਲ ਵਿੱਚ ਕਾਂਗਰਸ ਨੇ ਕੁਛ ਕੀਤਾ ਨਹੀਂ ਉਲਟੀ ਸਿੱਧੀਆਂ ਗੱਲਾਂ ਕਰਕੇ ਚਾਹੁੰਦਾ ਹੈ ਪੰਜਾਬ ਕੈਪਟਨ ਦੀ ਸਰਕਾਰ ਐਸੇ ਨਾਅਰੇ ਲਾ ਕੇ ਔਰ 4 ਹਫ਼ਤੇ ਨਸ਼ਾ ਖਤਮ ਕਰ ਦਿਆਂਗੇ ਕੋਈ ਨਸ਼ਾ ਖਤਮ ਨਹੀਂ ਹੋਇਆ ਕਿਸੇ ਨੂੰ ਸਮਾਰਟਫੋਨ ਨਹੀਂ ਮਿਲਿਆ ਪੈਨਸ਼ਨਾਂ ਬੰਦ ਕਰਤੀਆਂ ਲੇਬਰ ਕਾਰਡ ਬੰਦ ਕਰਤੇ ਨੀਲੇ ਕਾਰਡ ਬੰਦ ਕਰਤੇ ਤਮਾਮ ਸੁਵਿਧਾਵਾਂ ਕੈਂਸਲ ਕਰਕੇ ਅੱਜ ਤੁਸੀਂ ਦੇਖੋ ਕ੍ਰਾਈਮ ਰੇਟ ਕਿੱਥੇ ਜਾ ਰਿਹਾ ਹਰ ਰੋਜ਼ ਕਤਲ ਹੋ ਰਹੇ ਨੇ ਹਰ ਰੋਜ਼ ਚੋਰੀਆਂ ਡਕੈਤੀਆਂ ਹੋ ਰਹੀਆਂ ਐਸਾ ਲੱਗਦਾ ਪ੍ਰਦੇਸ਼ 'ਚ ਸਰਕਾਰ ਨਾਮ ਦੀ ਕੋਈ ਚੀਜ਼ ਨਹੀਂ ਹੈ ਲੋਕਾਂ ਨੂੰ ਲੱਗਣਾ ਸ਼ੁਰੂ ਹੋ ਗਿਆ ਅਸੀਂ ਠੱਗੇ ਗਏ ਹਾਂ ਲੋਕ ਵਾਪਸ ਭਾਰਤੀ ਜਨਤਾ ਪਾਰਟੀ ਲਾਉਣਾ ਚਾਹੁੰਦੇ ਨੇ ਸਰ ਜ਼ਿਲ੍ਹੇ ਵਿੱਚ ਇਨਲੀਗਲ ਮਾਈਨਿੰਗ ਦਾ ਸਰ ਕਾਫੀ ਮੁੱਦਾ ਗਰਮਾਇਆ ਹੋਇਆ ਮਾਰਕੀਟ 'ਚ ਸਰ ਬੀਜੇਪੀ ਵੱਲੋਂ ਕਿ ਇਹਨੂੰ ਵੀ ਮੁੱਦਾ ਬਣਾ ਕੇ ਚੋਣ ਲੜੀ ਜਾਏਗੀ ਸਰ ਬਿਲਕੁਲ ਲੜਾਂਗੇ ਜੀ ਇਨਲੀਗਲ ਮਾਈਨਿੰਗ ਬਹੁਤ ਵੱਡਾ ਮੁੱਦਾ ਰੇਤਾ ਬਜਰੀ ਦੇ ਭਾਅ ਕਿੱਥੇ ਜਾ ਰਿਹਾ ਲੋਕਾਂ ਲਈ ਮਕਾਨ ਬਣਾਉਣਾ ਬਹੁਤ ਔਖਾ ਹੁੰਦਾ ਜਾ ਰਿਹਾ ਔਰ ਇਹ ਚੀਜ਼ਾਂ ਜਿਹੜੀਆਂ ਬੇਸਿਕ ਲੋਕਾਂ ਨੂੰ ਸਸਤੇ ਰੇਟਾਂ 'ਤੇ ਮੁਹੱਈਆ ਸਰਕਾਰ ਵੱਲੋਂ ਹੋਣੀਆਂ ਚਾਹੀਦੀਆਂ ਉਹਦੇ ਉੱਪਰ ਜਿਸ ਤਰੀਕੇ ਨਾਲ ਕੁਛ ਮਿਲੀ ਭਗਤ ਕਰਕੇ ਕਾਂਗਰਸ ਦੇ ਹੀ ਕੁਛ ਨੇਤਾ ਗੁੰਡਾਗਰਦੀ ਕਰਕੇ ਜੋ ਇਹ ਕਰ ਰਹੇ ਨੇ ਉਹਦਾ ਪੂਰਾ ਪੂਰਾ ਡਟ ਕੇ ਮੁਕਾਬਲਾ ਕਰਾਂਗੇ ਲੋਕਾਂ ਦੀ ਕਚਹਿਰੀ ਦੇ ਵਿੱਚ ਜਾ ਕੇ ਉਹਨਾਂ ਦੇ ਫੇਸ ਸਾਰੇ ਓਪਨ ਕਰਾਂਗੇ ਅਤੇ ਦੇਖੋ ਜੀ ਇਹ ਬੰਦੇ ਨੇ ਜਿਹੜੇ ਗਲਤ ਕੰਮ ਕਰਦੇ ਪਏ ਨੇ ਇਲੀਗਲ ਮਾਈਨਿੰਗ ਇੱਕ ਬਹੁਤ ਵੱਡਾ ਇਸ਼ੂ ਹੈ ਔਰ ਪੂਰੇ ਤਰ੍ਹਾਂ ਲੋਕਾਂ ਦੇ ਵਿੱਚ ਜਾ ਕੇ ਇਹ ਸਾਰੀ ਗੱਲਬਾਤ ਹੋਈ